ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪਿਛਲੇ ਦਿਨੀ ਦਿੱਲੀ ਨਿਜ਼ਾਮਉਦੀਨ ਮਾਰਕੀਟ ਤੋਂ ਭਰਤੀ 10 ਮੁਸਲਿਮ ਵਿਅਕਤੀਆਂ ਵਿੱਚੋਂ 3 ਵਿਅਕਤੀਆਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਪਹਿਲਾਂ ਹੀ ਬੁਰਲਾਡਾ ਮਸਜਿਦ ਵਿਖੇ ਏਕਾਂਤਵਾਸ ਵਿੱਚ ਰੱਖ ਦਿੱਤਾ ਗਿਆ ਸੀ ਅਤੇ ਨਮੂਨੇ ਜਾਂਚ ਲਈ ਭੇਜੇ ਗਏ ਸਨ। ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਅੱਜ ਪ੍ਰਾਪਤ ਰਿਪੋਰਟ ਦੇ ਅਨੁਸਾਰ ਉਹਨਾਂ ਵਿਅਕਤੀਆਂ ਵਿੱਚੋਂ 3 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਨੇ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਕੀ ਦੇ 6 ਵਿਅਕਤੀਆਂ ਜੋ ਕਿ ਨੈਗੇਟਿਵ ਪਾਏ ਗਏ ਨੇ, ਉਹਨਾਂ ਨੂੰ ਵੀ ਬੁਰਲਾਡਾ ITI ਵਿਖੇ ਅਹਿਤਿਆਤ ਦੇ ਤੌਰ 'ਤੇ ਏਕਾਂਤਵਾਸ ਲਈ ਭੇਜ ਦਿੱਤਾ ਗਿਆ। DC ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਗੱਲ ਨਹੀਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਸੰਭਾਲ ਲਿਆ ਗਿਆ ਹੈ ਅਤੇ ਪਾਜ਼ੇਟਿਵ ਵਿਅਕਤੀਆਂ ਨੂੰ ਇਲਾਜ ਲਈ ਅਤੇ ਸ਼ੱਕੀ ਵਿਅਕਤੀਆਂ ਨੂੰ ਏਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਤਾਂ ਜੋ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜ ਕੇ ਇਸ ਦੇ ਪ੍ਰਭਾਵ ਨੂੰ ਮੁਕੰਮਲ ਰੂਪ ਵਿੱਚ ਖਤਮ ਕੀਤਾ ਜਾ ਸਕੇ। ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਨਰਿੰਦਰ ਭਾਰਗਵ ਦੇ ਆਦੇਸ਼ਾਂ ਦੇ ਅਨੁਸਾਰ ਸਰਦੂਲਗੜ੍ਹ ਦੇ DSP ਸੰਜੀਵ ਗੋਇਲ ਨੇ ਆਪਣੇ ਅੰਦਰ ਪੈਂਦੇ ਚਨੀਰ ਸਰਦੂਲਗੜ੍ਹ ਜੌੜਕਿਆਂ ਦੇ ਪਿੰਡਾਂ ਅੰਦਰ ਫਲੈਗ ਮਾਰਚ ਸ਼ੁਰੂ ਕੀਤਾ। DSP ਸਾਹਿਬਾਨ ਨੇ ਦੱਸਿਆ ਕਿ ਪਿੰਡਾਂ ਅੰਦਰ ਮੁਸਲਮਾਨ ਭਰਾਵਾਂ ਵਿਦੇਸ਼ਾਂ ਕਣਕ ਕੱਟਣ ਵਾਲੀਆਂ ਕੰਬਾਈਨਾਂ ਚਲਾਉਣ ਗਏ ਬਾਹਰੋਂ ਆਏ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਥਾਣਾ ਮੁਖੀ ਜੌੜਕੀਆਂ ਅਜੇ ਕੁਮਾਰ ਪਰੋਚਾ ਦੀ ਅਗਵਾਈ ਵਿੱਚ ਪਿੰਡ ਬਾਜੇਵਾਲਾ ਆਦਿ ਵਿੱਚ ਬਣੀਆਂ ਮਸਜਿਦਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚ ਕੋਈ ਬੁਰਲਾਡਾ ਨਾਲ ਸੰਬੰਧਿਤ ਕੇਸ ਸਾਹਮਣੇ ਨਹੀਂ ਆਇਆ। ਪਿੰਡ ਦੇ ਸਰਪੰਚਾਂ ਪੰਚਾਂ ਵੱਲੋਂ ਆਪਣੇ ਪੱਧਰ 'ਤੇ ਪਿੰਡਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ। ਕਿਹੜੇ ਪਿੰਡ ਇੱਥੇ ਤੁਸੀਂ? ਅੱਛਾ ਜੀ, ਅੱਛਾ ਜੀ, ਕੋਈ ਜਮਾਤ ਦਾ ਬੰਦਾ ਕੋਈ ਇਸ ਤਰ੍ਹਾਂ ਦਾ ਨਹੀਂ ਆਇਆ ਇੱਥੇ? ਕੋਈ ਡੇਢ ਮਹੀਨਾ ਹੋ ਗਿਆ, ਕੋਈ ਨਹੀਂ ਆਇਆ। ਅੱਛਾ ਅੱਛਾ ਅੱਛਾ, ਠੀਕ ਹੈ। ਕਿਵੇਂ ਵਿਜ਼ਿਟ ਕੀਤੀ ਸੀ ਇੱਥੇ ਪਿੰਡ 'ਚ? ਇੱਥੇ ਕਰੋਨਾ ਵਾਇਰਸ ਦੇ ਮੰਦੇ ਨਜ਼ਰ ਰੱਖਦੇ ਹੋਏ ਕੁਛ ਛੱਕੀ ਮਰੀਜ਼ ਆਏ ਨੇ ਬੁਰਲਾਡਾ ਵਿਖੇ ਮੁਸਲਮਾਨ ਬਰਾਦਰੀ ਦੇ, ਅਤੇ ਸਾਡੇ ਪਿੰਡ ਵਿੱਚ ਮੁਸਲਮਾਨ ਬਰਾਦਰੀ ਦੇ ਵੀ 54 ਘਰ ਨੇ, ਮਸੀਤ ਬਣੀ ਹੋਈ ਹੈ, ਉੱਥੇ ਪ੍ਰਸ਼ਾਸਨ ਵੱਲੋਂ ਚੈੱਕਅਪ ਕੀਤਾ ਗਿਆ, ਘਰੋਂ ਘਰੀ ਜਾ ਕੇ ਹਰ ਇੱਕ ਦੀ ਵੈਰੀਫਾਈ ਕੀਤਾ ਗਿਆ ਵੀ ਕੋਈ ਬੰਦਾ ਬਾਹਰੋਂ ਆਇਆ ਤਾਂ ਦੱਸੋ, ਜੇ ਤੁਸੀਂ ਬਾਹਰ ਗਏ ਹੋ ਤਾਂ ਦੱਸੋ, ਪਰ ਕੋਈ ਨਹੀਂ ਮਿਲਿਆ, ਸਭ ਲੋਕ ਆਪਣੇ ਘਰਾਂ ਦੇ ਵਿੱਚ ਵਿਜ਼ਿਟ। ਕੋਈ ਆਪਣੇ ਪਿੰਡ ਦੇ ਮੁਸਲਮਾਨ ਭਰਾਈਆਂ 'ਚ ਕੋਈ ਇਹੋ ਜਿਹਾ ਲੱਭਿਆ ਨਾ ਤੁਸੀਂ ਵਿਜ਼ਿਟ ਕਰਨ ਗਏ ਹੋ, ਕੋਈ ਜਮਾਤ 'ਚ ਗਿਆ ਹੋਵੇ ਜਾਂ ਕੋਈ ਬੁਲਾਡੇ ਨਾਲ ਲਿੰਕ ਹੋਵੇ? ਨਾ, ਕੋਈ ਨਹੀਂ ਲੱਭਿਆ ਅਜੇ ਤੱਕ, ਇਹੋ ਜਿਹਾ ਬੰਦਾ ਕੋਈ ਨਹੀਂ ਲੱਭਿਆ, ਘਰੋਂ ਘਰ ਜਾ ਕੇ ਵੈਰੀਫਾਈ ਕਰ ਲਿਆ। ਪਿੰਡ ਦੇ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦਿਓਗੇ ਆਪਣਾ? ਮੈਂ ਤਾਂ ਕਹੂੰਗਾ ਕਿ ਆਪੋ ਆਪਣੇ ਘਰਾਂ ਦੇ ਵਿੱਚ ਹੀ ਰਹੋ, ਦੂਰੀ ਬਣਾ ਕੇ ਰੱਖੋ, ਜਿੰਨੀ ਦੂਰੀ ਬਣਾ ਕੇ ਰੱਖੋਗੇ ਓਨਾ ਵਧੀਆ ਤੁਸੀਂ ਉਹਨੂੰ ਇਹ ਤੋਂ ਕਰੋਨਾ ਤੋਂ ਬਚ ਸਕੋਗੇ। ਅਤੇ ਬਾਕੀ ਵਲੰਟੀਅਰ ਨੇ ਜਿਹੜੇ ਸਾਡੇ 20-25 ਮੁੰਡੇ ਲੱਗੇ ਹੋਏ ਆ, ਬਹੁਤ ਵਧੀਆ ਢੰਗ ਨਾਲ ਆਪਦਾ ਕੰਮ ਕਰ ਰਹੇ ਨੇ। ਪਿੰਡਾਂ 'ਚ ਕੋਈ ਆਪਣਾ ਮੋਟਰਸਾਈਕਲ ਜਾਂ ਕੋਈ ਤਾਂਸ ਵਾਲੇ ਜਾਂ ਸੱਥਾਂ 'ਚ ਕੋਈ ਬੈਠੇ ਨਜ਼ਰ ਆਉਂਦੇ ਨੇ ਕਿ ਨਹੀਂ? ਹੁਣ ਹੈ ਨਹੀਂ, ਆਉਂਦੇ ਤਾਂ ਹੈਗੇ ਨੇ, ਵੈਸੇ ਉਹਨਾਂ ਨੂੰ ਰੋਕਿਆ ਜਾਂਦਾ ਹੈ, ਘਰੋਂ ਘਰ ਜਾ ਕੇ ਵੀ ਕਿਹਾ ਜਾਂਦਾ, ਹੁਣ ਬਹੁਤ ਘੱਟ ਨੇ। ਜਿਹੜੇ ਪਿੰਡ ਪੱਧਰ 'ਤੇ ਆਪੇ ਪੰਚਾਇਤਾਂ ਵੱਲੋਂ ਨਾਕੇ ਲਗਾਏ ਗਏ ਨੇ, ਉੱਥੇ ਕੀ ਸਥਿਤੀ ਹੈ ਜੀ? ਉੱਥੇ ਬਹੁਤ ਵਧੀਆ ਸਥਿਤੀ ਹੈ, ਉਹ 24 ਘੰਟੇ ਪੂਰੀ ਨਿਗਰਾਨੀ ਰੱਖ ਰਹੇ ਨੇ, 12-12 ਘੰਟਿਆਂ ਦੀਆਂ ਡਿਊਟੀਆਂ ਦੇ ਰਹੇ ਨੇ ਬਦਲ, ਅਤੇ ਵਧੀਆ ਢੰਗ ਨਾਲ ਚੱਲ ਰਹੇ ਨੇ ਉਹ। ਜੋ ਕੋਈ ਬਾਹਰੋਂ ਬੰਦਾ ਆਉਂਦਾ ਉਹਦੀ ਵੀ ਵੈਰੀਫਾਈ ਕਰਦੇ ਨੇ, ਜੇ ਕੋਈ ਜਾਂਦਾ ਉਹਦੀ ਵੀ ਵੈਰੀਫਾਈ ਕਰਦੇ ਨੇ। ਕਾਹਦੀ ਚੈੱਕਿੰਗ ਕਰਨੀ? ਇਹ ਘਰਾਂ ਦੇ ਵਿੱਚ ਚੈੱਕ ਕਰਨਾ ਹੀ ਹੈ ਜੀ, ਇਹ ਪੁੱਛਣ ਵਾਸਤੇ ਵੀ ਕੋਈ ਬਿਮਾਰ ਨਾ ਹੋਵੇ, ਕੋਈ ਕਿਸੇ ਕੋਈ ਆਇਆ ਗਿਆ ਨਾ ਹੋਵੇ, ਕੋਈ ਬਾਹਰੋਂ ਨਾ ਆਇਆ ਗਿਆ ਹੋਵੇ ਜਾਂ ਇੱਧਰੋਂ ਕੋਈ ਗਿਆ ਹੋਵੇ, ਉਹਨਾਂ ਵਾਸਤੇ ਚੈੱਕਿੰਗ ਕਰਨ ਵਾਸਤੇ। ਮੁਸਲਮਾਨ ਬਰਾਦਰੀ ਨਾਲ ਸੰਬੰਧ ਰੱਖਦੇ ਹੋ, ਕਿੰਨੇ ਘਰ ਰਹੇਗੇ ਮੁਸਲਮਾਨ ਨਾਲ? ਸਾਡੇ 46 ਘਰ ਹੈ ਜੀ ਸਾਰੇ। ਅੱਛਾ ਅੱਛਾ, ਹਾਂਜੀ, 46 ਤੋਂ ਬਸ 45 ਹੋਣਗੇ ਜਾਂ ਇੱਕ ਅੱਧਾ ਵੱਧ ਘੱਟ ਹੋਊਗਾ। ਕੋਈ ਇੱਥੋਂ ਦਾ ਬੰਦਾ ਗਿਆ ਸੀ ਉੱਥੇ ਬਾਹਰ? ਨਹੀਂ, ਇੱਥੋਂ ਕੋਈ ਨਹੀਂ ਗਿਆ ਹੈਗਾ ਜੀ। ਅੱਛਾ, ਸਾਡੇ ਸਾਰੇ ਘਰਾਂ ਦੇ ਵਿੱਚ ਹੀ ਸੱਟ ਨੇ ਜੀ ਆਪਦੇ। ਅੱਛਾ, ਮਸੀਤ 'ਚ ਕੋਈ ਬੰਦੇ? ਨਾ, ਮਸੀਤ ਦੇ ਵਿੱਚ ਵੀ ਜਾਣੋ ਹਟ ਗਏ ਜੀ, ਹੁਣ ਬੰਦ ਨੇ। ਅੱਛਾ, ਪਹਿਲਾਂ ਨਮਾਜ਼ ਪੜ੍ਹਨ ਜਾਂਦੇ ਸੀਗੇ, ਹੁਣ ਨਹੀਂ ਜਾਂਦੇ? ਇੱਥੇ ਕੋਈ ਬੰਦਾ ਨਹੀਂ? ਨਾ ਜੀ ਨਾ। ਬੁਲਾਡਾ ਏਰੀਏ 'ਚ ਕੁਛ ਸ਼ੱਕੀ ਮਰੀਜ਼ ਹੋਣ ਦੇ ਨਾਂ 'ਤੇ ਤੁਸੀਂ ਅੱਜ ਬਾਜੇਵਾਲਾ ਦੀ ਮਸੀਤ 'ਚ ਖੜ੍ਹੇ ਹੋ, ਕਿਹੋ ਜਿਹਾ ਇੱਥੇ ਤੁਹਾਨੂੰ ਵਿਜ਼ਿਟ ਕੀਤਾ ਤੁਸੀਂ? ਅਸੀਂ ਕਰੀਬ ਸਾਰੇ ਮੁਸਲਿਮ ਪਰਿਵਾਰਾਂ 'ਚ ਅਤੇ ਦੂਸਰੇ 80 ਪਰਿਵਾਰਾਂ 'ਚ ਵਿਜ਼ਿਟ ਕਰ ਲਿਆ ਡੋਰ ਸਟੈਪ 'ਤੇ ਜਾ ਕੇ,
ਇਕੱਲੇ ਇਕੱਲੇ ਪਰਿਵਾਰ ਨਾਲ ਉਹਦੇ ਜਿੰਨੇ ਮੈਂਬਰ ਨੇ ਉਹ ਵੈਰੀਫਾਈ ਕੀਤੇ ਆ, ਸਭ ਹੀ ਘਰੇ ਨੇ, ਸਭ ਹੀ ਸਵਸਥ ਨੇ, ਕਿਸੇ ਨੂੰ ਕੋਈ ਪੈਨਿਕ ਕਰਨ ਦੀ ਜ਼ਰੂਰਤ ਨਹੀਂ, ਇੱਥੇ ਕਿਸੇ ਤਰ੍ਹਾਂ ਦਾ ਹਜੇ ਤੱਕ ਕੋਈ ਖਤਰੇ ਵਾਲੀ ਗੱਲ ਨਹੀਂ। ਤੁਸੀਂ ਵਿਜ਼ਿਟ ਕੀਤੀ ਆ, ਕੋਈ ਉਹ ਜਮਾਤ ਦੇ ਨਾਲ ਲਿੰਕ ਬੰਦਾ ਤਾਂ ਨਹੀਂ ਜਾਂ ਕੋਈ ਗਿਆ ਆ ਪਾਇਆ ਗਿਆ ਹੋਵੇ? ਨਹੀਂ ਨਹੀਂ ਨਹੀਂ, ਅਸੀਂ ਵੈਰੀਫਾਈ ਕਰ ਰਹੇ ਹਾਂ, ਅਸੀਂ ਇਸ ਜਿਹੀ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ। ਆਵਾਜ਼ੀ ਕੰਮ ਟੀਵੀ ਲਈ ਮਾਨਸਾ ਤੋਂ ਪੱਤਰਕਾਰ ਗੁਰਜੀਤ ਸਿੰਘ ਦੀ ਰਿਪੋਰਟ।